ਜਦੋਂ ਆਪਾਂ ਕਿਸੇ ਦੇ ਨੇੜੇ ਹੁੰਦੇ ਆ ਨਾ ਆਪਾਂ ਨੂੰ ਦੇਖ ਲੈਂਦੇ ਆ ਵੀ ਸਾਹਮਣੇ ਬੈਠਾ ਆਪਾਂ ਚਾਹ ਦੇ ਰਹੇ ਆ ਪਾਣੀ ਦੇ ਰਹੇ ਆ ਰੋਟੀ ਦੇ ਰਹੇ ਆ ਕੁਛ ਵੀ ਆਪਾਂ ਦੇ ਰਹੇ ਆ ਬਟ ਜਦੋਂ ਕੋਈ ਬੰਦਾ ਸਾਡੇ ਤੋਂ ਦੂਰ ਹੁੰਦਾ ਨਾ ਸਾਨੂੰ ਉਸ ਬੰਦੇ ਦੀ ਐਕਸਟਰਾ ਕੇਅਰ ਕਰਨੀ ਚਾਹੀਦੀ ਉਸ ਬੰਦੇ ਨੂੰ ਐਕਸਟਰਾ ਪਿਆਰ ਕਰਨਾ ਚਾਹੀਦਾ ਉਹਨੂੰ ਹੋਰ ਜ਼ਿਆਦਾ ਲੋੜ ਹੁੰਦੀ ਕਿਉਂਕਿ ਦੇਖੋ ਇੱਕ ਬੰਦਾ ਸਿਰਫ ਸਾਡੇ ਨੂੰ ਫੋਨ 'ਤੇ ਹਾਂਜੀ ਕੀ ਕਰਦੇ ਹੋ ਕਿੱਦਾਂ ਕਿੱਦਾਂ ਰੋਟੀ ਖਾਧੀ ਨਹੀਂ ਖਾਧੀ ਕੰਮ ਠੀਕ ਚੱਲਦਾ ਪਿਆ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਮੈਨੂੰ ਲੁਕਾਉਂਦੇ ਪਏ ਹੋ ਕੋਈ ਪੈਸੇ ਦੀ ਦਿੱਕਤ ਤਾਂ ਨਹੀਂ ਹੈਗੀ ਮੇਰੇ ਨਾਲ ਹਰ ਗੱਲ ਦਿਲ ਦੀ ਖੋਲ੍ਹ ਕੇ ਕਰਿਆ ਕਰੋ ਮੈਂ ਤੁਹਾਡੀ ਪਾਰਟਨਰ ਹਾਂ ਮੈਨੂੰ ਕੋਈ ਗੱਲ ਲੁਕੋਇਆ ਨਾ ਕਰੋ ਤੁਹਾਨੂੰ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤੁਹਾਨੂੰ ਪੈਸੇ ਧੇਲੇ ਦੀ ਲੋੜ ਹੈ ਦੱਸੋ ਮੈਂ ਤੁਹਾਡੇ ਕਿਸੇ ਕੰਮ ਆ ਸਕਾਂ ਇਹੋ ਜਿਹੀਆਂ ਗੱਲਾਂ ਕਰਿਆ ਕਰੋ ਆਪਣੇ ਲਾਈਫ ਪਾਰਟਨਰ ਦੇ ਨਾਲ ਮੁੰਡੇ ਬੜੀਆਂ ਗੱਲਾਂ ਦਿਲ 'ਚ ਰੱਖਦੇ ਹੋ ਉਹ ਨਹੀਂ ਕਿਸੇ ਨਾਲ ਸ਼ੇਅਰ ਕਰਦੇ ਉਹਨੂੰ ਲੱਗਦਾ ਵੀ ਯਾਰ ਮੈਂ ਕੀ ਸ਼ੇਅਰ ਕਰਾਂ ਮੈਂ ਤਾਂ ਪਰੇਸ਼ਾਨ ਹਾਂ ਆਪਣੇ ਨਾਲ ਘਰਦਿਆਂ ਨੂੰ ਵੀ ਕਿਉਂ ਪਰੇਸ਼ਾਨ ਕਰਾਂ ਬੜੇ ਘੱਟ ਮੁੰਡੇ ਖੁੱਲ੍ਹਦੇ ਆਪਣੇ ਦਿਲ ਦੀਆਂ ਗੱਲਾਂ ਦੱਸਦੇ ਮੁੰਡੇ ਨਹੀਂ ਦੱਸਦੇ ਕੁੜੀਆਂ ਫਿਰ ਬੋਲਦੇ ਰਹਿੰਦੀਆਂ ਮੁੰਡੇ ਬੜਾ ਘੱਟ ਬੋਲਦੇ ਬੜੇ ਰਿਜ਼ਰਵ ਹੁੰਦੇ ਆ ਔਰ ਆਪਣੇ ਸੀਕਰੇਟ ਬੜੇ ਘੱਟ ਸ਼ੇਅਰ ਕਰਦੇ ਉਹਨਾਂ ਦੇ ਦਿਲ ਨੂੰ ਤੋਲਣ ਦੀ ਕੋਸ਼ਿਸ਼ ਕਰੋ ਤਾਂ ਹੀ ਕਰੋਗੇ ਨਾ ਜੇ ਤੁਸੀਂ ਉਹਨਾਂ ਦੀ ਕੇਅਰ ਕਰੋਗੇ ਉਹਨਾਂ ਨਾਲ ਇਨ ਟੱਚ ਰਹੋਗੇ ਦਿਮਾਗ ਤੁਹਾਡਾ ਠੰਡਾ ਰਹੇਗਾ ਸ਼ਾਂਤ ਰਹੇਗਾ ਲੜਾਈਆਂ 'ਚ ਹੀ ਫਸੇ ਰਹੋਗੇ ਕਰਨ ਦੀਆਂ ਗੱਲਾਂ 'ਚ ਹੀ ਫਸੇ ਰਹੋਗੇ ਆਪਣੇ ਆਦਮੀ ਨੂੰ ਕਿੱਥੋਂ ਰੀਡ ਕਰੋਗੇ ਤੁਸੀਂ ਉਹਨਾਂ ਦੀ ਸਪੈਸ਼ਲ ਕੇਅਰ ਕਰੋ ਮੁੰਡੇ ਵੀ ਕੁੜੀਆਂ ਦਾ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਦੇਖੋ ਇੱਕ ਤਾਂ ਵਿਚਾਰੀਆਂ ਤੁਹਾਡੇ ਤੋਂ 7 ਸਮੁੰਦਰ ਪਾਰ ਬੈਠੀਆਂ ਕਿੰਨੀ ਦੂਰ ਵਿਚਾਰੀਆਂ ਤੁਸੀਂ ਮਾੜਾ ਜਿਹਾ ਉਹਨਾਂ ਨੂੰ ਪੁੱਛ ਲਿਆ ਹਾਂ ਠੀਕ ਹੈ ਤੂੰ ਕੁਛ ਖਾਧਾ ਪੀਤਾ ਆਪਣਾ ਧਿਆਨ ਰੱਖਿਆ ਕਰ ਦੁੱਧ ਪੀ ਲਿਆ ਕਰ ਰੋਟੀ ਖਾਇਆ ਕਰ ਸੈਲਡ ਖਾਇਆ ਕਰ ਫਰੂਟ ਖਾਇਆ ਕਰ ਇੰਨੀਆਂ ਚੀ ਵਿਚਾਰੀਆਂ ਦਾ ਸਾਰਾ ਦਿਨ ਨੱਚਦੀਆਂ ਟੱਪਦੀਆਂ ਦਾ ਨਿਕਲ ਜਾਂਦਾ ਅੱਜ ਮੈਨੂੰ ਫਰੂਟ ਖਾ ਨੂੰ ਗਿਆ ਭਾਵੇਂ ਅਗਲੀ 2 ਕਿਲੋ ਫਰੂਟ ਖਾ ਲਿਆ ਸੋ ਤੁਸੀਂ ਵੀ ਮੁੰਡੇ ਨੂੰ ਇਹ ਗੱਲ ਕਹਿ ਫਰੈਸ਼ ਜੂਸ ਪੀਆ ਕਰੋ ਫਰੈਸ਼ ਫਰੂਟਸ ਖਾਇਆ ਕਰੋ ਆਪਣੇ ਫੇਸ ਦਾ ਧਿਆਨ ਰੱਖਿਆ ਕਰੋ ਸਨਸਕ੍ਰੀਨ ਲਗਾ ਕੇ ਜਾਇਆ ਕਰੋ ਘਰ ਤੋਂ ਬਾਹਰ ਛੋਟੀਆਂ ਛੋਟੀਆਂ ਗੱਲਾਂ ਗੋਗਲਸ ਪਾ ਕੇ ਜਾਇਆ ਕਰੋ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਦੂਜੇ ਦੇ ਦਿਲ 'ਚ ਬਹੁਤ ਵੱਡਾ ਇੱਕ ਅਸਰ ਕਰ ਜਾਂਦਾ ਅਗਲਾ ਵੀ ਆਉਂਦਾ ਜਾਂਦਾ ਗੱਡੀ ਚਲਾਉਂਦਾ ਸੋਚਦਾ ਹੋਏਗਾ ਹਾਂ ਯਾਰ ਮੈਨੂੰ ਕਿੰਨਾ ਪਿਆਰ ਕਰਦੀ ਹੈ ਮੇਰੇ ਬਾਰੇ ਫਰੂਟ ਖਾ ਲਾ ਜੂਸ ਖਾ ਲਾ ਉਹਨੂੰ ਕਿਤੇ ਵੀ ਜੂਸ ਦਿਖੇਗਾ ਫਰੂਟ ਦਿਖਣਗੇ ਤਾਂ ਤੁਹਾਡੀ ਯਾਦ ਆਏਗੀ ਫਟਕ ਨਾ ਅਗਲਾ ਗੱਡੀ ਰੋਕੇਗਾ ਜੂਸ ਪੀ ਇਹ ਗੱਲਾਂ ਕਦੇ ਟਰਾਈ ਕੀਤੀ ਨਵੀਆਂ ਲੱਗ ਰਹੀਆਂ ਪਰ ਕਰੋ ਥੋੜ੍ਹੀ ਜਿਹੀ ਐਕਸਟਰਾ ਕੇਅਰ ਕਰਨੀ ਜਦੋਂ ਆਪਾਂ ਇੱਕ ਦੂਜੇ ਤੋਂ ਦੂਰ ਹੁੰਦੇ ਸੋ ਆਈ ਹੋਪ ਤੁਹਾਨੂੰ ਮੇਰੇ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੇ ਐਪੀਸੋਡਸ ਅੱਛੇ ਲੱਗੇ ਹੋਣਗੇ ਸੋ ਜਾਂਦੇ ਆਉਂਦੇ ਮੈਂ ਤੁਹਾਨੂੰ ਇਹੀ ਕਹੂੰਗੀ ਸੋ ਜਿੰਨਾ ਹੋ ਸਕੇ ਇੱਕ ਦੂਜੇ ਨੂੰ ਪਿਆਰ ਕਰੋ ਅੰਡਰਸਟੈਂਡ ਕਰੋ ਕੰਟੀਨਿਊ ਗੱਲਬਾਤ ਜਾਰੀ ਰੱਖੋ ਗੱਲਬਾਤ ਬੰਦ ਨਹੀਂ ਹੋਣੀ ਚਾਹੀਦੀ ਲੜਾਈਆਂ ਕਲੇਸ਼ ਕੁਛ ਨਹੀਂ ਹੋਣੀ ਚਾਹੀਦੀ ਰਾਈਟ ਆਈ ਹੋਪ ਤੁਹਾਨੂੰ ਸਾਰਾ ਕੁਛ ਸਮਝ ਆਇਆ ਹੋਏਗਾ ਆਉਂਦਾ ਤਾਂ ਲੇਟ ਹੀ ਹੈ ਬਟ ਆਇਆ ਹੋਏਗਾ ਔਰ ਹੁਣ ਅਸੀਂ ਮਿਲਾਂਗੇ ਆਪਣੇ ਨੈਕਸਟ ਐਪੀਸੋਡ ਦਾਜ ਤੇ ਸੁਸਾਈਡ ਟਿਲ ਦੈਨ ਆਪਣਾ ਧਿਆਨ ਰੱਖੋ ਖੁਸ਼ ਰਹਿਣਾ ਲਵ ਮੀ ਬਿਕੋਜ਼ ਆਈ ਲਵ ਯੂ ਆਲ ਬਾਏ ਬਾਏ